ਬੱਚੋ ਕੀ ਤੁਸੀਂ ਨਵਾਬ ਜੱਸਾ ਸਿੰਘ ਜੀ ਆਹਲੂਵਾਲੀਆ ਬਾਰੇ ਕੁਝ ਜਾਣਦੇ ਹੋ? ਜੇ ਕੋਈ ਬੱਚਾ ਜਾਣਦਾ ਹੈ ਤਦ ਉਹ ਆਪਣਾ ਹੱਥ ਖੜਾ ਕਰੇ। ਅੱਛਾ, ਜੇ ਤੁਸੀਂ ਨਹੀਂ ਜਾਣਦੇ ਤਦ ਮੇਰਾ ਦੂਜਾ ਸਵਾਲ ਹੈ ਕਿ ਕੀ ਤੁਸੀਂ ਸ਼ੋਲੇ ਫਿਲਮ ਦੇ ਡਾਕੂ ਕਿਰਦਾਰ ਬਾਰੇ ਜਾਣਦੇ ਹੋ? ਜੇ ਜਾਣਦੇ ਹੋ ਤਦ ਆਪਣਾ ਹੱਥ ਖੜਾ ਕਰੋ। ਇਹ ਦੱਸੋ ਕਿ ਗੱਬਰ ਸਿੰਘ ਦੇ ਬੋਲਣ ਦਾ ਅੰਦਾਜ਼ ਕੀ ਸੀ? ਤੂੰ ਦੱਸ। ਕਿਤਨੇ ਆਦਮੀ ਥੇ? ਦੋ ਔਰ ਤੁਮ ਤੀਨ। ਗੱਬਰ ਕਾ ਨਾਮ ਪੂਰਾ ਮਿੱਟੀ ਮੇ ਮਿਲਾ ਦਿਆ। ਦੇਖੋ, ਤੁਸੀਂ ਇੱਕ ਐਸੇ ਕਿਰਦਾਰ ਨੂੰ ਜਾਣਦੇ ਹੋ ਜੋ ਲੁਟੇਰਾ ਸੀ, ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦਾ ਸੀ ਅਤੇ ਇਸ ਦੇ ਵਿੱਚ ਤੁਹਾਡਾ ਕੋਈ ਦੋਸ਼ ਨਹੀਂ। ਦੋਸ਼ ਹੈ ਸਾਡੇ ਸਮਾਜ ਦਾ, ਸਾਡੇ ਮੀਡੀਆ ਦਾ, ਸਾਡੇ ਧਰਮ ਦੇ ਨੰਬਰਦਾਰ ਅਤੇ ਠੇਕੇਦਾਰਾਂ ਦਾ। ਖੈਰ ਛੱਡੋ, ਅੱਜ ਆਪਾਂ ਗੱਲ ਕਰਦੇ ਹਾਂ ਇਤਿਹਾਸ ਦੇ ਅਸਲੀ ਹੀਰੋ ਨਵਾਬ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਦੀ, ਜਿਨ੍ਹਾਂ ਨੇ ਪ੍ਰਤੱਖ ਰੂਪ ਵਿੱਚ ਵੱਡੇ ਵੱਡੇ ਧਾੜਵੀਆਂ, ਡਾਕੂਆਂ ਅਤੇ ਦਿੰਦੇ ਸ਼ਾਸਕਾਂ ਦੇ ਮਨਸੂਬਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਸਰਦਾਰ ਜੱਸਾ ਸਿੰਘ ਜੀ ਪਿੰਡ ਆਲੂ ਨੇੜੇ ਲਾਹੌਰ ਰਹਿੰਦੇ ਸਨ। ਉਹਨਾਂ ਦੇ ਮਾਤਾ ਪਿਤਾ ਆਪਣੇ ਪੁਰਖਾਂ ਦੇ ਘਰ ਰਹਿੰਦੇ ਸਨ। ਸਿੰਘਣੀ, ਇਹ ਕੀ ਹੈ? ਇਹ ਕੀ ਲੀਕਾਂ ਮਾਰੀ ਜਾਂਦੀ ਆ? ਕੀ ਗੱਲ, ਢਿੱਡ ਪੀੜ ਹੁੰਦੀ ਆ? ਹਾਂ ਫਿਰ। ਅੱਛਾ, ਬਾਹਰ ਆਪਣੇ ਘਰ ਬਾਹਰ ਉਹਨਾਂ ਨਾਲ? ਵਾਹ ਮੇਰੇ ਮਾਲਕ, ਬੜੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਮੇਰੇ ਤੇ। ਮੈਂ ਲੱਡੂ ਵੰਡਾਂਗਾ ਸਾਰੇ ਪਿੰਡ ਵਿੱਚ, ਸਾਰਿਆਂ ਨੂੰ ਮੈਂ ਨਚਾ ਦਿਆਂਗਾ, ਭੰਗੜਾ ਪਾਉਣਗੇ, ਲੱਡੂ ਵੰਡਾਂਗਾ, ਖੁਸ਼ੀ ਮਨਾਵਾਂਗਾ। ਸੱਚੇ ਪਾਤਸ਼ਾਹ, ਸ਼ੁਕਰ ਹੈ ਜੇ ਤੂੰ ਸਾਡੇ ਤੇ ਮਿਹਰ ਕੀਤੀ। ਸਰਦਾਰ ਜੱਸਾ ਸਿੰਘ ਜੀ ਦਾ ਜਨਮ 3 ਮਈ 1718 ਈਸਵੀ ਨੂੰ ਹੋਇਆ। ਅਸਲੀ ਘੋੜਾ ਕੀ ਆ? ਘੋੜੇ ਜਿੰਨੇ ਮਰਜ਼ੀ, ਆਪਣੇ ਪੁੱਤ ਨੂੰ ਸਾਨੂੰ ਘੋੜਿਆ ਘਾਟਾ ਹੈਗਾ, ਆਪ ਤੁਸੀਂ ਘੋੜਾ ਲੈ ਕੇ ਦਿੰਦੇ ਹਾਂ। ਸਰਦਾਰ ਜੱਸਾ ਸਿੰਘ ਜੀ ਅਜੇ 4 ਸਾਲ ਦੇ ਬਾਹਰ ਹੀ ਸਨ ਕਿ ਉਹਨਾਂ ਦੇ ਪਿਤਾ ਸਰਦਾਰ ਬਦਰ ਸਿੰਘ ਜੀ ਉਹਨਾਂ ਨੂੰ ਹਮੇਸ਼ਾ ਲਈ ਵਿਛੋੜਾ ਦੇ ਗਏ। ਬੇਬੇ ਬੇਬੇ ਆ ਗਿਆ ਪੁੱਤਰ, ਪੁੱਤ ਖੇਡਿਆ। ਬੇਬੇ ਬੇਬੇ, ਮੁੰਡੇ ਕਹਿ ਰਹੇ ਸੀ ਕਿ ਬਾਪੂ ਮਰ ਗਿਆ। ਨਾ ਪੁੱਤ, ਨਾ, ਆਏ ਨੀ ਬੋਲਦੇ, ਮੁੰਡੇ ਤਾਂ ਸੌ ਕੁਛ ਕਹਿਣਗੇ, ਤੇਰਾ ਬਾਪੂ ਮਰਿਆ ਨੀ, ਰੱਬ ਦਾ ਪਾਣਾ ਵਰਤ ਗਿਆ, ਰੱਬ ਨੇ ਤੇਰੇ ਬਾਪੂ ਨੂੰ ਆਪਣੇ ਕੋਲ ਬੁਲਾ। ਬੇਬੇ ਬੇਬੇ, ਆਪਾਂ ਘੋੜੇ ਤੇ ਮਿਲਣ ਜਾਵਾਂਗੇ ਬਾਪੂ ਨੂੰ। ਜੱਸ
ਉੱਥੇ ਬਾਹਰ ਨਾ ਜਾਈ, ਐਵੇਂ ਮੁੰਡੇ ਬੋਲ ਕਬੋਲ ਬੋਲਣਗੇ। ਭੈਣੇ ਕੀ ਹੋਇਆ ਜੱਸੇ ਨੂੰ, ਬਾਜਾ ਮਾਰਦੀ ਹੈ? ਵੀਰਾ ਮੈਂ ਤਾਂ ਜੱਸੇ ਨੂੰ ਬਾਹਰ ਜਾਣ ਤੋਂ ਰੋਕਦੀ ਸੀ, ਉਸਦੇ ਹਾਣੀ ਉਸਦੇ ਬਾਪੂ ਦੀ ਯਾਦ ਨੂੰ ਬਾਰ ਬਾਰ ਚੇਤੇ ਕਰਾਉਂਦੇ ਨੇ। ਇਹ ਤਾਂ ਬੜੀ ਮਾੜੀ ਗੱਲ ਹੈ, ਜੱਸੇ ਦਾ ਧਿਆਨ ਹੁਣ ਇੱਧਰੋਂ ਹਟਾ ਕੇ ਦੂਜੇ ਪਾਸੇ ਲਾਉਣਾ ਹੀ ਪੈਣਾ ਹੈ। ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਸਬਰ ਕਰ ਲੈ। ਮੇਰੀ ਭੈਣੇ ਤੂੰ ਤਾਂ ਬੜੀ ਸਿਆਣੀ ਹੈ, ਗੁਰਬਾਣੀ ਗੁਰਮਤ ਬਾਰੇ ਵੀ ਚੰਗੀ ਤਰ੍ਹਾਂ ਜਾਣਦੀ ਹੈ। ਪਰ ਵੀਰਾ ਇਸ ਬਾਲ ਨੂੰ ਕਿਵੇਂ ਸਮਝਾ? ਇਸ ਦਾ ਹੱਲ ਮੈਂ ਸੋਚ ਲਿਆ। ਕੀ ਸੋਚਿਆ ਵੀਰਾ? ਇਸ ਹੋਣਹਾਰ ਬੱਚੇ ਨੂੰ ਆਪਾਂ ਮਾਤਾ ਸੁੰਦਰੀ ਕੋਲ ਦਿੱਲੀ ਲੈ ਕੇ ਚੱਲਾਂਗੇ ਅਤੇ ਉਹਨਾਂ ਦੀ ਸੰਗਤ ਦੇ ਵਿੱਚ ਗੁਰਬਾਣੀ ਨਾਲ ਜੁੜ ਕੇ ਤੇ ਸਿੱਖ ਸੰਗਤ ਸੇਵਾ ਕਰਨੀ ਸਿੱਖ ਕੇ ਆਪਣਾ ਜੱਸਾ ਬਹੁਤ ਹੀ ਨਾਮ ਨਾਲ ਖੱਟੇਗਾ। ਇਸ ਦੁੱਖ ਦੀ ਘੜੀ ਉਹਨਾਂ ਦਾ ਸਾਥ ਵਡਾਇਆ। ਉਹ ਉਹਨਾਂ ਨੂੰ ਉਹਨਾਂ ਦੇ ਮਾਤਾ ਜੀ ਸਮੇਤ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਕੋਲ ਲੈ ਗਏ। ਉੱਥੇ ਜੱਸਾ ਸਿੰਘ ਜੀ 7 ਸਾਲ ਮਾਤਾ ਸੁੰਦਰੀ ਜੀ ਦੇ ਹਰੇਕ ਦੇਗ ਦੇ ਵਿੱਚ ਪ੍ਰਵਿਸ਼ ਹੋਈ ਅਤੇ ਉਹਨਾਂ ਦੀ ਸ਼ਖਸੀਅਤ ਦਾ ਇਹਨਾਂ ਦੇ ਉੱਤੇ ਬਹੁਤ ਅਸਰ ਹੋਇਆ। ਦਿੱਲੀ ਤੋਂ ਬਾਅਦ ਸਰਬਾਗ ਸਿੰਘ ਜੀ ਅਤੇ ਉਹਨਾਂ ਦੇ ਭੈਣ ਜੀ ਜੱਸਾ ਸਿੰਘ ਜੀ ਨੂੰ ਨਵਾਬ ਕਪੂਰ ਸਿੰਘ ਜੀ ਕੋਲ ਲੈ ਕੇ ਆ ਗਏ। ਕਪੂਰ ਸਿੰਘ ਜੀ ਕਿੱਥੇ ਨੇ? ਬਸ ਜੀ ਹੁਣੇ ਆਉਂਦੇ ਨੇ, ਤੁਸੀਂ ਬਰਾਜੋ। ਵਾਹਿਗੁਰੂ ਜੀ ਫਤਿਹ। ਸਾਧ ਸੰਗਤ ਜੀ, ਸਰਦਾਰ ਕਪੂਰ ਸਿੰਘ ਦਵਾਮ ਦੀ ਸਮਾਪਤੀ ਦੇ ਬਾਅਦ ਸਿੱਧੇ ਇੱਥੇ ਆ ਰਹੇ ਹਨ। ਖਾਲਸਾ ਜੀ, ਲੰਗਰ ਪਾਣੀ ਛੱਕ ਲਿਆ ਸਭ ਨੇ? ਹੋਰ ਸੁਣਾਓ ਬਾਗ ਸਿੰਘ ਜੀ, ਕੀ ਹਾਲ ਚਾਲ ਹੈ? ਚੜ੍ਹਦੀ ਕਲਾ ਜੀ। ਮੇਰਾ ਖਿਆਲ ਇਹ ਪਚੰਗੀ ਸਿੰਘ ਉਹੀ ਹੈ ਜਿਸ ਦਾ ਆਪ ਜੀ ਜ਼ਿਕਰ ਕਰਿਆ ਕਰਦੇ ਸੀ। ਆਹ ਪਚੰਗੀ ਸਿੰਘ ਤੁਹਾਡੇ ਕੋਲ ਲੈ ਕੇ ਆਏ। ਜੱਸਾ ਸਿੰਘ ਜੀ, ਕੀ ਹਾਲ ਚਾਲ ਹੈ ਤੁਹਾਡੇ? ਠੀਕ ਹੈ ਜੀ, ਚੜ੍ਹਦੀ ਕਲਾ। ਬੱਚਾ ਤਾਂ ਬੜਾ ਹੁਸ਼ਿਆਰ ਹੈ, ਬਹੁਤ ਹੁਸ਼ਿਆਰ ਬੱਚਾ। ਸਤਿ ਕਸਾ ਮਾਤਾ ਸੁੰਦਰੀ ਜੀ ਕੋਲ ਗੁਰਮਰਿਆਦਾ ਵਿੱਚ ਰਹਿ ਕੇ ਚੰਗੀ ਤਾਲੀਮ ਹਾਸਲ ਕੀਤੀ। ਬਾਕੀ ਜਿੰਨਾ ਸਾਥੋਂ ਸਰਿਆ ਅਸੀਂ ਵੀ ਹੱਲਾ ਸੇਰੀ ਦਿੰਦੇ ਰਹੇ। ਦਿੱਲੀ ਦੀ ਵੀ ਰੰਗਤ ਝਲਕਦੀ ਹੈ ਬਾਗ ਸਿੰਘ ਜੀ। ਜਥੇਦਾਰ ਸਾਹਿਬ, ਇਹ ਪਚੰਗੀ ਸਿੰਘ ਤੁਹਾਡੇ ਹਵਾਲੇ ਕਰਨਾ ਹੈ। ਜੀ ਆਇਆਂ ਨੂੰ, ਜੀ ਆਇਆਂ ਨੂੰ। ਜਥੇਦਾਰ ਜੀ, ਇਹਨਾਂ ਨੂੰ ਹੁਣ ਤੁਸੀਂ ਤਾਲੀਮ ਦੇਣੀ ਹੈ। ਇਹ ਤਾਂ ਤੁਸੀਂ ਸਾਨੂੰ ਮਾਣ ਬਖਸ਼ ਰਹੇ ਹੋ ਬਾਗ ਸਿੰਘ ਜੀ। ਜੀ ਆਇਆਂ ਨੂੰ। ਜੱਸਾ ਸਿੰਘ ਜੀ, ਮਾਤਾ ਜੀ ਦੀ ਸੰਗਤ ਵਿੱਚ ਰਿਹਾ ਤਾਂ ਗੁਣ ਤਾਂ ਹੋਣਾ ਹੀ ਹੈ ਨਾ ਖਾਲਸਾ ਜੀ। ਔਰ ਖਾਲਸਾ ਜੀ, ਤੁਸੀਂ ਦੱਸੋ ਕਿਸ ਤਰ੍ਹਾਂ ਦਰਸ਼ਨ ਦਿੱਤੇ? ਜਥੇਦਾਰ ਜੀ, ਹੱਦ ਹੋ ਗਈ ਹੈ। ਮੁਗਲਾਂ ਨੇ ਸਿੱਖਾਂ ਉੱਤੇ ਅਤਿਆਚਾਰ ਵੱਧਦੇ ਜਾ ਰਹੇ ਹਨ, ਉਹ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਚਾਹੁੰਦੇ ਹਨ। ਅਸੀਂ ਤੁਹਾਡੇ ਕੋਲ ਆਏ ਹਾਂ, ਸਾਨੂੰ ਕੋਈ ਸੇਧ ਬਖਸ਼ੋ, ਨਹੀਂ ਤਾਂ ਅਸੀਂ ਆਪਣੇ ਆਪੇ ਤੋਂ ਬਾਹਰ ਹੋ ਜਾਵਾਂਗੇ। ਖਾਲਸਾ ਜੀ, ਤੁਸੀਂ ਨੌਜਵਾਨ ਹੋ, ਤੁਹਾਡਾ ਖੂਨ ਗਰਮ ਹੈ, ਅਸੀਂ ਤੁਹਾਡੀ ਭਾਵਨਾਵਾਂ ਦੀ ਕਦਰ ਕਰਦੇ ਹਾਂ, ਪਰ ਸਮਝਣ ਦੀ ਗੱਲ ਇਹ ਹੈ ਕਿ ਸਾਡੀ ਲੜਾਈ ਕਿਸੇ ਮਜ਼ਹਬ ਦੇ ਖਿਲਾਫ਼ ਨਹੀਂ, ਵੈਰ ਵਿਰੋਧ ਦੇ ਲਈ ਨਹੀਂ। ਸਾਡੀ ਲੜਾਈ ਤਾਂ ਮਜ਼ਹਬ ਪ੍ਰਸਤੀ ਦੇ ਖਿਲਾਫ਼ ਹੈ, ਜ਼ੁਲਮ ਦੇ ਖਿਲਾਫ਼। ਸਰਦਾਰ ਕਪੂਰ ਸਿੰਘ ਜੀ ਦੀ ਦੇਖ ਰੇਖ ਹੇਠ ਉਹਨਾਂ ਘੋੜਸਵਾਰੀ ਅਸਤਰ ਸ਼ਾਸਤਰ ਸਿੱਖਣੀ ਸ਼ੁਰੂ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
करो जी। ਸਰਦਾਰ ਕਪੂਰ ਸਿੰਘ ਬਾਲ ਜੱਸਾ ਸਿੰਘ ਦੀ ਕਾਰਗੁਜ਼ਾਰੀ ਤੋਂ ਬਹੁਤ ਪ੍ਰਭਾਵਿਤ ਹੋਏ। ਗਾਵੀ ਹੈ ਸੁਣੀ ਹੈ ਮਨ ਰੱਖੀਏ ਪਾਓ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕਦੋਂ ਆਏ ਬਾਗ ਸਿੰਘ ਜੀ? ਮੈਂ ਹੁਣੇ ਹਾਜ਼ਰ ਹੋਇਆ ਜੀ। ਅਸੀਂ ਤੇ ਸ਼ਬਦ ਦਾ ਆਨੰਦ ਲੈ ਰਹੇ ਸੀ। ਆਵਾਜ਼ ਪਛਾਣੀ ਹੈ ਆਪ ਜੀ ਨੇ? ਇਹ ਸਾਡੇ ਜੱਸੇ ਦੀ ਆਵਾਜ਼ ਹੈ ਜੀ। ਬਹੁਤ ਹੀ ਸੁੰਦਰ ਉਚਾਰਨ ਹੈ ਜੱਸਾ ਸਿੰਘ ਦਾ। ਜਦੋਂ ਵੀ ਸ਼ਬਦ ਉਚਾਰਨ ਕਰਦਾ ਹੈ ਸਾਰਾ ਵਾਤਾਵਰਨ ਮਨਮੋਹਕ ਕਰ ਦਿੰਦਾ। ਹਾਂਜੀ ਬਿਲਕੁਲ। ਭੈਣ ਜੀ ਚੜ੍ਹਦੀ ਕਲਾ ਚਲੇ। ਹਾਂਜੀ ਭੈਣ ਜੀ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਕਿਰਪਾ ਹੈ ਸਤਿਗੁਰੂ ਦੀ ਭੈਣ ਜੀ ਤੇ ਜੋ ਇਤਨੇ ਹੋਣਹਾਰ ਬਾਲਕ ਨੂੰ ਜਨਮ ਦਿੱਤਾ। ਹਾਂਜੀ ਤੇ ਦਰਸ਼ਨ ਕਰਨਾ ਚਾਹੋਗੇ ਜੱਸਾ ਸਿੰਘ ਦੇ? ਹਾਂਜੀ ਬਿਲਕੁਲ ਜ਼ਰੂਰ ਦਰਸ਼ਨ ਕਰਨੇ ਆ ਜੀ। ਅਰੇ ਵਾਹ ਵਾਹ। ਹਾਂਜੀ ਖਾਲਸਾ ਜੀ ਤੁਸੀਂ ਇਸ ਤਰ੍ਹਾਂ ਕਰੋ ਕਿ ਜੱਸਾ ਸਿੰਘ ਜੀ ਨੂੰ ਨਾ ਇੱਥੇ ਲਿਆਓ। ਹੋਰ ਸੁਣਾਓ ਬਾਲ ਸਿੰਘ ਜੀ, ਇਲਾਕੇ ਦਾ ਕੀ ਹਾਲ ਚਾਲ? ਇਲਾਕੇ ਦਾ ਬਹੁਤ ਬੁਰਾ ਹਾਲ ਹੈ ਜੀ। ਚਾਰੇ ਪਾਸੇ ਜ਼ੁਲਮ ਦਾ ਤਾਂਡਵ ਨਾਚ ਹੋ ਰਿਹਾ ਹੈ। ਅਸਲ ਵਿੱਚ ਬਾਗ ਸਿੰਘ ਜੀ ਗੱਲ ਇਹ ਹੈ ਕਿ ਅਸੀਂ ਗਿਣਤੀ ਵਿੱਚ ਬਹੁਤ ਘੱਟ ਹੈ ਤੇ ਉਹ ਵੀ ਲਾਮਬੰਦ ਨਹੀਂ ਹੈ। ਪਰ ਕੋਈ ਗੱਲ ਨਹੀਂ, ਸਤਿਗੁਰੂ ਮਿਹਰ ਕਰੇਗਾ। ਅਸੀਂ ਹੁਣ ਸਥਾਨਕ ਯੁੱਧ ਨੀਤੀ ਅਪਣਾਉਣ ਦੀ ਯੋਜਨਾ ਬਣਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਮਾਮਾ ਜੀ ਨੂੰ ਮਿਲੋ। ਹਾਂ ਪੁੱਤਰ ਜੱਸੇ ਕੀ ਹਾਲ ਚਾਲ ਹੈ? ਠੀਕ ਹੈ ਮਾਮਾ ਜੀ। ਪਤਾ ਲੱਗਾ ਹੈ ਤੁਸੀਂ ਬੜੀ ਸੇਵਾ ਕਰਦੇ ਹੋ। ਰਾਤੀ ਕਿਸ ਵੇਲੇ ਸੌਂਦੇ ਹੋ? ਬਸ ਸੋਈ ਲਈ ਜਾਏ ਜੀ। ਤੇ ਜਿਸ ਦਿਨ ਹਨੇਰੀ ਤੂਫਾਨ ਆਇਆ ਸੀ ਉਸ ਦਿਨ ਵੀ ਸਾਰੀ ਰਾਤ ਤੁਸੀਂ ਲੰਗਰ ਦੀ ਸੇਵਾ ਘੋੜਿਆਂ ਦੀ ਸੇਵਾ ਕਰਦੇ ਰਹੇ। ਬਹੁਤ ਹੀ ਹੋਣਹਾਰ ਬਾਲਕ ਹੈ ਬਾਗ ਸਿੰਘ ਜੀ, ਬਹੁਤ ਹੀ ਸੇਵਾ ਕਰਦਾ ਹੈ। ਬਸ ਇਹ ਤਾਂ ਮੇਰਾ ਫਰਜ਼ ਸੀ ਜੀ। ਹਜੇ ਫਰਜ਼ ਹੀ ਦੱਸਦਾ, ਸਵੇਰੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਦੀ ਸੇਵਾ ਕਰਦਾ ਰਿਹਾ ਤੇ ਉਸ ਤੋਂ ਬਾਅਦ ਲੰਗਰ ਦੀ ਸੇਵਾ ਵਿੱਚ ਰੁੱਝਿਆ ਰਿਹਾ ਤੇ ਹੁਣ ਘੋੜਿਆਂ ਨੂੰ ਦਾਣਾ ਪੱਠੇ ਵੀ ਪਾ ਕੇ ਆ ਗਿਆ। ਹੋਰ ਜੱਸਾ ਸਿੰਘ ਜੀ ਤੁਸੀਂ ਸੁਣਾਓ, ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੈ? ਬਸ ਇੱਕ ਹੀ ਤਕਲੀਫ ਹੈ ਜੀ। ਹਾਂ ਉਹ ਕੀ? ਬਸ ਸਾਰੇ ਸਿੰਘ ਮੈਨੂੰ ਹਮਕੋ ਤੁਮਕੋ ਕਹਿ ਕੇ ਹੱਸਦੇ ਆ। ਇਸ ਤਰ੍ਹਾਂ ਹੈ ਜੱਸਾ ਸਿੰਘ ਜੀ ਤੁਸੀਂ ਦਿੱਲੀ ਰਹੇ ਹੋ ਨਾ, ਇਸ ਕਰਕੇ ਤੁਹਾਡੀ ਭਾਸ਼ਾ ਵਿੱਚ ਥੋੜ੍ਹਾ ਜਿਹਾ ਆ ਗਿਆ ਹਮਕੋ ਤੁਮਕੋ, ਤੋਂ ਤਾਂ ਕਹਿੰਦੇ ਨੇ। ਪਰ ਕੋਈ ਗੱਲ ਨਹੀਂ, ਸਿੰਘਾਂ ਨੂੰ ਹੱਸਣ ਦਿਓ। ਪਰ ਜਿਹੜੇ ਸਿੰਘ ਹੱਸਦੇ ਨੇ ਨਾ ਅੱਜ, ਇਹੀ ਸਿੰਘ ਤੁਹਾਨੂੰ ਇੱਕ ਦਿਨ ਬਾਦਸ਼ਾਹ ਬਣਾਉਣਗੇ। ਮਾਤਾ ਸੁੰਦਰੀ ਜੀ ਵੀ ਇਹੋ ਹੀ ਵਚਨ ਕਰਦੇ ਸਨ। ਜੱਸਾ ਸਿੰਘ ਬਾਗ ਤੋਂ ਜਵਾਨ ਸਤਾਰਾਂ ਸੌ ਚੌਂਤੀ ਵਿੱਚ ਸਰਦਾਰ ਕਪੂਰ ਸਿੰਘ ਜੀ ਨੂੰ ਜਥੇਦਾਰੀ ਵਜੋਂ ਨਿਵਾਜਿਆ ਗਿਆ। ਉਹਨਾਂ ਨੇ ਨਵਾਬੀ ਇਸ ਸ਼ਰਤ 'ਤੇ ਹਾਸਲ ਕੀਤੀ ਕਿ ਉਹ ਸੰਗਤ ਨੂੰ ਪੱਖਾ ਝੱਲਣ ਦੀ ਸੇਵਾ ਨਿਭਾਉਂਦੇ ਰਹਿਣਗੇ। ਸਰਦਾਰ ਕਪੂਰ ਸਿੰਘ ਜੀ ਦੀ ਸੰਗਤ ਨੇ ਬਾਲ ਤੋਂ ਜਵਾਨ ਬਣੇ ਜੱਸਾ ਸਿੰਘ ਜੀ ਨੂੰ ਵਧੀਆ ਇਨਸਾਨ ਬਣਾ ਦਿੱਤਾ।
ਜੱਸਾ ਸਿੰਘ ਜੀ ਨੇ ਲੋਕਾਂ ਦੇ ਦਰਦ ਨੂੰ ਆਪਣੇ ਹਿਰਦੇ 'ਤੇ ਹੰਡਾਇਆ। ਉਹਨਾਂ ਨੇ ਚੌਗਰਦਿਲ 'ਚ ਵਾਪਰ ਰਹੀ ਛੋਟੀ ਮੋਟੀ ਘਟਨਾ ਨੂੰ ਬੜੀ ਨੀਝ ਨਾਲ ਪਰਖਿਆ। ਸਿੱਖ ਲੜਕੀ ਲੱਗਦੀ ਹੈ, ਤੈ ਕਿੱਦਾਂ ਸਮਝ ਲਿਆ ਕਿ ਮੈਂ ਮੁਸਲਮਾਨ ਹੋਣ ਦੇ ਨਾਤੇ ਤੇਰੀ ਮਦਦ ਕਰਾਂਗਾ? ਵੀਰੇ, ਇੱਥੇ ਸਿੱਖ ਜਾਂ ਮੁਸਲਮਾਨ ਦਾ ਸਵਾਲ ਨਹੀਂ ਹੈ। ਤੁਸੀਂ ਜ਼ੁਲਮ ਕਰਨ ਵਾਲੇ ਪਾਸੇ ਖੜਨਾ ਹੈ, ਮਜ਼ਲੂਮ ਵਾਲੇ ਪਾਸੇ। ਬਚਾ ਲੈ ਮੇਰੇ ਵੀਰੇ, ਮੈਨੂੰ ਬਚਾ ਲੈ ਵੀਰੇ, ਮੈਨੂੰ ਬਚਾ ਲੈ। ਸਿੱਖ ਲੜਕੀ ਤਾਂ ਨਹੀਂ ਆਈ? ਹਾਂ ਜੀ, ਇੱਧਰ ਨੂੰ ਗਏ। ਝੂਠ ਤਾਂ ਨਹੀਂ ਬੋਲਦਾ? ਚਲੋ ਇੱਧਰ ਚਲੋ, ਕੋਲੋ ਮੇਰੇ ਪਿੱਛੇ ਸਿਪਾਹੀ ਲੱਗ। ਇੱਧਰ ਜਾ, ਆਪਣੇ ਘਰ ਜਾ। ਆਪਣੇ ਅੰਦਰ ਜਾ, ਇੱਥੇ ਨਹੀਂ ਬੋਲ। ਮੇਰੇ ਅੰਦਰ ਕਿੱਦਾਂ ਜਾਓਗੀ? ਦਰਵਾਜ਼ਾ ਲੱਗਿਆ ਹੋਇਆ ਉੱਥੇ। ਉਹ ਆ ਤੇਰਾ ਘਰ। ਸਿੱਖ ਲੜਕੀ ਬਾਹਰ ਨਿਕਲ, ਤੇਰੇ ਘਰ ਨੂੰ ਅੱਗ ਲਾ ਦੇਵਾਂਗੇ। ਨਹੀਂ, ਫਟਾਫਟ ਬਾਹਰ ਨਿਕਲਿਆ। ਇਹ ਨਹੀਂ ਉਹਦਾ ਘਰ, ਉਹ ਹੈ ਉਹਦਾ ਘਰ। ਉੱਧਰ ਦੇਖੋ, ਇੱਥੇ ਲਾਓ ਅੱਗ। ਮੇਰਾ ਘਰ ਜਲਾਤਾ। ਸਭ ਕੁਝ ਫੂਕਤਾ, ਸਭ ਕੁਝ ਜਲ ਗਿਆ, ਰਾਖ ਹੋ ਗਿਆ। ਪਾਣੀ ਲਿਆਓ, ਪਾਣੀ, ਪਾਣੀ ਲਿਆਓ, ਲੋਕੋ ਪਾਣੀ ਲਿਆਓ, ਬੁਝਾਓ, ਬੁਝਾਓ, ਪਾਣੀ ਲਿਆਓ, ਲੋਕੋ ਪਾਣੀ। ਸਾਡਾ ਕੀ ਕਸੂਰ? ਸਭ ਕੁਝ ਜਲਾਤਾ, ਕੁਛ ਨਹੀਂ ਬਚਿਆ, ਕੁਛ ਨਹੀਂ ਬਚਿਆ, ਕੁਛ ਵੀ ਨਹੀਂ ਬਚਿਆ। ਬੁੱਢੇ ਧਰਮੀਓ, ਤੁਹਾਨੂੰ ਰੱਬ ਤੋਂ ਵੀ ਨਹੀਂ ਡਰ ਲੱਗਾ? ਰੱਬ ਤੋਂ ਤਾਂ ਡਰੋ। ਪਾਣੀ ਲਿਆਓ, ਪਾਣੀ, ਪਾਣੀ। ਸਭ ਕੁਛ ਲਾਤਾ, ਸਭ ਕੁਛ ਲਾਤਾ। ਸਤਾਰਾਂ ਸੌ ਛਿਆਲੀ ਵਿੱਚ ਨਾਦਰ ਸ਼ਾਹ ਹਿੰਦੁਸਤਾਨ ਆਇਆ। ਲਾਹੌਰ ਦੇ ਨਵਾਬ ਜਕਰੀਆ ਖਾਨ ਨੇ ਈਨ ਮੰਨ ਲਈ। ਦਿੱਲੀ ਤੋਂ ਵਾਪਸੀ ਮੌਕੇ ਉਸ ਨੂੰ ਸਿੱਖਾਂ ਨਾਲ ਵਾਹ ਪਿਆ। ਉਸਨੇ ਮੁੜਦੇ ਸਮੇਂ ਜਕਰੀਆ ਖਾਨ ਨੂੰ ਹੱਡ ਬੀਤੀ ਦਾ ਹਾਲ ਸੁਣਾਇਆ। ਸਲਾਮ ਜ਼ਕਰੀਆ ਖਾਨ। ਵਾਲੇਕੁਮ ਸਲਾਮ। ਇਹ ਸਿੱਖ ਕੌਣ ਅਤੇ ਕਿਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੇ ਦਿੱਲੀ ਦੀ ਲੁੱਟ ਨਾਲ ਲੱਦੀ ਮੇਰੀ ਫੌਜ ਦਾ ਸਾਰਾ ਪਿੱਛਾ ਹੀ ਲੁੱਟ ਲਿਆ? ਜਿਨ੍ਹਾਂ ਨੇ ਡਰ ਦੇ ਕਾਰਨ ਮੇਰੀ ਫੌਜ ਦੀ ਰਸਤੇ ਵਿੱਚ ਕੂਚ ਕਰਨ ਦੀ ਤਰਤੀਬ ਸਾਰੀ ਨਸ ਤੋਂ ਨਹੂਸ ਹੋ ਜਾਂਦੀ ਹੈ। ਇਹ ਤਾਂ ਜਨਾਬ ਫਕੀਰ ਲੋਕ ਨੇ, ਇਹ ਤਾਂ ਜੰਗਲ ਵਾਸੀ ਹੋ ਕੇ ਰਹਿ ਗਏ ਨੇ। ਇਹਨਾਂ ਦਾ ਕੋਈ ਘਰ ਘਾਟ ਨਹੀਂ ਹੈਗਾ? ਇਹਨਾਂ ਦਾ ਘਰ ਘਾਟ? ਇਹਨਾਂ ਦਾ ਘਰ ਘਾਟ ਤਾਂ ਘੋੜਿਆਂ ਦੀਆਂ ਪਿੱਠਾਂ ਉੱਤੇ ਹੈ ਜਨਾਬ। ਫੇਰ ਤਾਂ ਇਹਨਾਂ ਤੋਂ ਡਰ ਕੇ ਰਹਿਣਾ ਚਾਹੀਦਾ ਜਕਰੀਆ ਖਾਨ। ਲੱਗਦਾ ਹੈ ਸਿਰ ਚੁੱਕਣਗੇ, ਸਮਾਂ ਆ ਗਿਆ ਹੈ। ਇਹ ਸਾਰੇ ਇਸ ਮੁਲਕ ਦੇ ਬਾਲੀ ਬਣ ਬੈਠਣਗੇ। ਇਸ ਤੋਂ ਪਹਿਲਾਂ ਮੈਂ ਇਹਨਾਂ ਸਿੱਖਾਂ ਦੀ ਚਮੜੀ ਉਧੇੜ ਦਿਆਂਗਾ, ਮਲੀਆਂ ਵੇਟ ਕਰ ਦਿਆਂਗਾ, ਤੁਕਮ ਮਟਿਆ ਦਿਆਂਗਾ। ਸਿੱਖਾਂ 'ਤੇ ਜ਼ੁਲਮ ਦਾ ਕਹਿਰ ਟੁੱਟ ਪਿਆ। ਉਹ ਜੰਗਲਾਂ ਵਿੱਚ ਲੁੱਕ ਕੇ ਭੁੱਖੇ ਰਹਿਣ ਲਈ ਮਜਬੂਰ ਹੋ ਗਏ। ਗੁਜ਼ਾਰਾ ਕਰਨਾ ਪੈਗਾ। ਉਹ 3 ਮਹੀਨੇ ਹੋ ਗਏ ਆਈ ਕੁਛ ਖਾਂਦਿਆਂ ਨੂੰ। ਇਹ ਵੀ ਖਤਮ ਹੋ ਜਾਣਾ ਭਰਾਵਾ,
ਇਹੀ ਖਾ ਕੇ ਗੁਜ਼ਾਰਾ ਕਰਨਾ ਪੈਣਾ ਹੈ। ਖਾਣਾ ਇਹੀ ਖਾਣਾ। ਸਤਾਰਾਂ ਸੌ ਅਠਤਾਲੀ ਵਿੱਚ ਅਕਾਲ ਤਖ਼ਤ 'ਤੇ 65 ਜੱਥੇ ਇਕੱਤਰ ਹੋਏ। ਉੱਥੇ 11 ਮਿਸਲਾਂ ਹੋਂਦ ਵਿੱਚੋਂ ਆਈਆਂ। ਇਹਨਾਂ ਸਾਰੀਆਂ ਮਿਸਲਾਂ ਦਾ ਸਰਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਮੰਨ ਲਿਆ। ਇਹ ਸਾਂਝੀ ਸੰਸਥਾ ਦਾ ਨਾਂ ਦਲ ਖਾਲਸਾ ਰੱਖਿਆ ਗਿਆ। ਰਹਿਮ ਰਹਿਮ ਖੁਦਾ ਯਾ ਅੱਲਾ ਰਹਿਮ ਰਹਿਮ ਖੁਦਾ ਨਵਾਬ ਸਾਹਿਬ ਤਾਂ ਗਏ, ਤੁਸੀਂ ਬੁਲਾਉਣ 'ਚ ਦੇਰ ਕਰ ਦਿੱਤੀ। ਜ਼ਾਲਮ ਜ਼ਕਰੀਆ ਖਾਨ ਪਿਸ਼ਾਬ ਦੇ ਰੁਕ ਜਾਣ ਨਾਲ ਅਚਾਨਕ ਮਰ ਗਿਆ। ਇਹ ਤਾਂ ਸਿੱਖ ਮੁੰਡਾ ਕੁੜੀ ਲੱਗਦੇ ਨੇ। ਲੱਗਦੇ ਆ ਤਾਂ। ਇਹ ਕੌਣ ਹੈ ਤੇਰੀ? ਮੇਰੀ ਭੈਣ ਹੈ। ਅੱਜ ਦੀ ਦਿਹਾੜੀ ਹੋ ਗਈ ਖਰੀ, ਮੁੰਡੇ ਦੇ ਵਾਲ ਲੈ ਜਾਵਾਂਗੇ ਤੇ ਕੁੜੀ ਦਾ ਸਿਰ। ਚਲੋ ਚਲੋ, ਉਹ ਦੇਖੋ ਅਬਦਾਲੀ ਹਿੰਦੁਸਤਾਨ ਉੱਤੇ ਰਾਜ ਕਰਨਾ ਚਾਹੁੰਦਾ ਸੀ। ਮਰਾਠਿਆਂ ਨਾਲ 1761 ਵਿੱਚ ਪਾਣੀਪਤ ਦੇ ਮੈਦਾਨ ਵਿੱਚ ਫਸਵੀਂ ਲੜਾਈ ਹੋਈ। ਇਸ ਲੜਾਈ 'ਚ ਮਰਾਠਾ ਫੌਜ ਬੁਰੀ ਤਰ੍ਹਾਂ ਹਾਰ ਗਈ। ਅਬਦਾਲੀ ਵੱਡੀ ਮਾਤਰਾ ਵਿੱਚ ਪੈਸੇ, ਸੋਨਾ ਅਤੇ ਨਾਲ 2200 ਔਰਤਾਂ ਨੂੰ ਬੰਦੀ ਬਣਾ ਕੇ ਨਾਲ ਲੈ ਗਿਆ। ਪਹਿਲੇ ਮੇਰੇ ਘਰ ਨੂੰ ਅੱਗ ਲਗਾ ਦਿੱਤੀ, ਹੁਣ ਮੇਰੀਆਂ ਛੋਟੀਆਂ ਭੈਣਾਂ ਨੂੰ ਲੈ ਗਏ। ਥੋੜਾ ਕੱਖ ਨਾ ਰਵੇ ਤੁਹਾਡਾ। ਖਾਲਸਾ ਜੀ, ਮੈਦਾਨ ਪੱਕਿਆ ਹੋਇਆ ਤੇ ਲੋਹਾ ਵੀ ਗਰਮ ਹੈ, ਤੇ ਆਓ ਆਪਾਂ ਰਲ ਕੇ ਸੱਟ ਮਾਰੀਏ ਤੇ ਰਨ ਵਿੱਚ ਜੂਝ ਮਾਰੀਏ। ਇੱਕ ਜਥੇਦਾਰ ਦੀ ਦਾੜੀ ਕੱਟ ਕੇ ਉਸਨੂੰ ਕਿਵੇਂ ਜਲੀਲ ਕੀਤਾ ਗਿਆ। ਲੱਭਦਾ ਨਹੀਂ ਪਾਣੀ, ਕਿੱਥੇ ਪਾਣੀ,
ਪਾਣੀ ਕਦੋਂ ਮੈਂ ਪਿਆਸਾ ਮਰ ਜਾਂਗਾ ਪਾਣੀ ਪਾਣੀ ਜਾਬਰ ਹਕੂਮਤ ਨੇ ਸਿੱਖਾਂ ਦੀ ਨਸਲ ਕੁਸ਼ੀ ਕਰਨ ਲਈ ਹਰ ਤਰੀਕਾ ਇਸਤੇਮਾਲ ਕੀਤਾ। ਓਏ ਆਪਾਂ ਇੱਧਰ ਚੱਲਦੇ ਹਾਂ, ਕਿਹੜੇ ਦੋਸ਼ ਭਾਈ ਪਿੱਛੇ ਆ ਰਹੇ, ਉਹ ਆਪਣਾ ਆਪ ਹੀ ਲੱਭ ਲੈਣਗੇ। ਇਹ ਤਾਂ ਮੇਰਾ ਫਰਜ਼ ਸੀ। ਅੱਛਾ ਮੈਂ ਹੁਣ ਚੱਲਦੀ ਹਾਂ, ਇੰਨੀ ਰਾਤ ਵੇਲੇ ਤੂੰ ਕਿੱਥੇ ਜਾਏਂਗੀ? ਕੋਈ ਨਹੀਂ ਮੈਂ ਚੱਲ ਜਾਵਾਂਗੀ, ਜੇ ਫੇਰ ਆ ਗਏ ਕੋਈ ਨਹੀਂ ਮੈਂ ਦੇਖ ਲਾਂਗੀ। ਅੱਛਾ ਭੈਣ ਬੰਦੀ ਕੀਤੀਆਂ ਔਰਤਾਂ ਨੂੰ ਸਰਦਾਰ ਜੱਸਾ ਸਿੰਘ ਜੀ ਨੇ ਜੇਲ੍ਹ ਕੋਲ ਛੁਡਵਾ ਲਿਆ। ਇਸ ਮਹਾਨ ਕਾਰਜ ਮਗਰੋਂ ਉਹਨਾਂ ਨੂੰ ਬੰਦੀ ਛੋੜ ਦਾ ਖਿਤਾਬ ਸੰਗਤ ਨੇ ਪ੍ਰਦਾਨ ਕੀਤਾ। ਮੇਰੀਆਂ ਭੈਣਾਂ, ਮੇਰੀਆਂ ਭੈਣਾਂ, ਕਿੱਥਾਂ ਨੇ ਤੁਸੀਂ? ਜੱਸਾ ਸਿੰਘ ਆਹਲੂਵਾਲੀਆ। ਕੀ ਕਿਹਾ? ਜੱਸਾ ਸਿੰਘ ਆਹਲੂਵਾਲੀਆ, ਮੇਰਾ ਵੀ ਜੱਸਾ ਸਿੰਘ ਆਹਲੂਵਾਲੀਆ ਨੇ ਉਹਨਾਂ ਨੂੰ ਛੁਡਾਇਆ, ਇਹ ਚੁੰਨੀਆਂ ਵੀ ਦਿੱਤੀਆਂ। ਧੰਨ ਹੋ ਤੁਸੀਂ, ਧੰਨ ਹੋ ਤੁਸੀਂ, ਚਲੋ ਘਰ ਨੂੰ ਚਲੋ। ਚਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਸੀਂ ਗੱਲਾਂ ਵਿੱਚ ਯਕੀਨ ਨਹੀਂ ਕਰਦੇ। ਤੁਸੀਂ ਸਾਰਿਆਂ ਨੇ ਰਣਭੂਮੀ ਦਾ ਸਵਾਦ ਚੱਖਿਆ ਹੈ। ਖਾਲਸਾ ਇਸ ਪੱਠੀ ਵਿੱਚੋਂ ਨਿਕਲ ਕੇ ਕੁੰਦਨ ਬਣ ਗਿਆ ਹੈ। ਅਸੀਂ ਕਰਮ ਜੋਗੀ ਹਾਂ, ਅਸੀਂ ਗੱਲਾਂ ਵਿੱਚ ਯਕੀਨ ਨਹੀਂ ਕਰਦੇ, ਅਮਲ ਵਿੱਚ ਯਕੀਨ ਕਰਦੇ ਹਾਂ। ਸਾਨੂੰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਰਸਤਾ ਦਿਖਾਇਆ ਹੈ, ਅਸੀਂ ਉਸ ਰਸਤੇ 'ਤੇ ਚੱਲ ਰਹੇ ਹਾਂ। ਇਸ ਲਈ ਯਕੀਨ ਹੈ ਕਿ ਜਿੱਤ ਆਪਣੀ ਹੋਏਗੀ। ਵਕਤੀ ਹਾਰਾ ਹੋਇਆ ਕਰਦੀਆਂ, ਉਹਦੇ ਵਿੱਚੋਂ ਸਾਨੂੰ ਸਿੱਖਣ ਦਾ ਮੌਕਾ ਮਿਲਦਾ ਹੈ। ਅਤੇ ਫਿਰ ਇੱਕ ਸਮਾਂ ਆਉਂਦਾ ਹੈ ਕਿ ਜਿਹੜੇ ਲੁਟੇਰੇ ਹੁੰਦੇ ਹੈ, ਤਾੜਵੀ ਹੁੰਦੇ ਹੈ, ਉਹਨਾਂ ਨੂੰ ਭਾਜੜਾ ਪੈਂਦੀਆਂ।
खालसा जी आओ हर मैदान फतेह करिए। वाहेगुरु जी का खालसा, वाहेगुरु जी की फतेह। वैसो निहाल। हुण तक तां आपां पत्ते ते जड़ां खा के गुजारा करदे सी, हुण तां रोटी पानी छक लिया ते भाई बड़े दिनां बाद नसीब होया। खादा पीता लाहे दा, बाकी अहमद शाहे दा। भाई गल तां तेरी बिलकुल सही है। गल तां तुहाडी ठीक है वीरे, पर जिहड़े तुसीं जंगल च डेरे लाए है ना, ये ठीक नहीं। ਕੀ ਕਰੀਏ ਭੈਣਾ, ਜੇ ਅਸੀਂ ਘਰਾਂ 'ਚ ਜਾਂਦੇ ਹਾਂ ਤਾਂ ਸਾਨੂੰ ਮੁਗਲ ਨਹੀਂ ਟਿਕਣ ਦਿੰਦੇ, ਅਤੇ ਅਸੀਂ ਕਰੀਏ ਵੀ ਤਾਂ ਕੀ ਕਰੀਏ। ਕੱਲ੍ਹ ਤੱਕ ਤੁਸੀਂ ਪੱਤੇ 'ਤੇ ਜੜਾਂ ਖਾ ਕੇ ਗੁਜ਼ਾਰਾ ਕਰੋਗੇ। ਇੱਦਾਂ ਕਰੋ, ਜੇ ਮਰਨਾ ਹੀ ਹੈ ਤਾਂ ਜੱਸਾ ਸਿੰਘ ਆਹਲੂਵਾਲੀਆ ਦੇ ਜੱਥੇ 'ਚ ਰਲ ਕੇ ਮਰੋ। ਗੱਲ ਤਾਂ ਭੈਣੇ ਤੇਰੀ ਠੀਕ ਹੈ, ਇੱਥੇ ਮਰਨ ਨਾਲੋਂ ਚੰਗਾ ਇਹੀ ਹੈ ਕਿ ਅਸੀਂ ਉੱਥੇ ਜਾ ਕੇ ਉਹਦੇ ਨਾਲ ਦੋ ਦੋ ਹੱਥ ਕਰਕੇ ਮਰੀਏ। ਸਤਾਰਾਂ ਸੌ 61 ਵਿੱਚ ਸਿੱਖਾਂ ਨੇ ਲਾਹੌਰ ਤੇ ਹਮਲਾ ਕਰਕੇ ਕਬਜ਼ਾ ਕਰ ਲਿਆ। ਇਹ ਦਲ ਖਾਲਸਾ ਦੀ ਪਹਿਲੀ ਇਤਿਹਾਸਿਕ ਜਿੱਤ ਸੀ। ਇਸ ਮਗਰੋਂ ਖਾਲਸੇ ਵੱਲੋਂ ਦੂਜੀ ਵੇਰ ਸਿੱਕਾ ਚਲਾਇਆ ਗਿਆ ਅਤੇ ਜੱਸਾ ਸਿੰਘ ਜੀ ਨੂੰ ਸੁਲਤਾਨ ਉਲ ਕੌਮ ਖਿਤਾਬ ਦੇ ਨਾਲ ਨਵਾਜਿਆ ਗਿਆ। ਗਾਵੀ ਹੈ ਸੁਣੀ ਹੈ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦਨ ਗੁਰਮੁਖ ਵੇਦਨ, ਗੁਰਮੁਖ ਰਿਆ ਸਮਾਈ, ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ। ਕੌਣ ਹੋ ਤੁਸੀਂ? ਮੈਂ ਲਾਜੋ। ਜੱਸਾ ਸਿੰਘ ਆਹਲੂਵਾਲੀ ਦੇ ਮਾਤਾ ਜੀ ਤੁਸੀਂ? ਹਾਂ। ਤੁਹਾਨੂੰ ਤੁਸੀਂ ਤੁਸੀਂ ਇੰਨੇ ਵੱਡੇ ਸੂਰਵੀਰ ਨੂੰ ਜਨਮ ਦਿੱਤਾ ਹੈ। ਪਛਾਣਿਆ ਤਾਂ ਹੈ ਪਰ ਮੈਂ ਨਹੀਂ ਸੀ ਚਾਹੁੰਦੀ। ਤੁਹਾਡੀ ਕੁਛ ਨਾਰਾਜ਼ਗੀ ਹੈ? ਨਹੀਂ, ਮੇਰੀ ਉਸ ਨਾਲ ਕੀ ਨਾਰਾਜ਼ਗੀ ਹੋ ਸਕਦੀ ਹੈ। ਮੇਰਾ ਪੁੱਤ ਪੰਥ ਦੀ ਸੇਵਾ ਕਰ ਰਿਹਾ, ਮੈਂ ਉਸਦਾ ਧਿਆਨ ਆਪਣੇ ਵੱਲ ਯਾਨੀ ਕਿ ਮੋਹ ਮਮਤਾ ਵੱਲ ਨਹੀਂ ਸੀ ਪਾਉਣਾ ਚਾਹੁੰਦੀ, ਇਸੇ ਕਰਕੇ ਦੂਰੋਂ ਹੀ ਵੇਖ ਲਿਆ। ਤੁਸੀਂ ਕਿੰਨੇ ਮਹਾਨ ਹੋ ਬੇਬੇ ਜੀ, ਮੈਂ ਉਸ ਵੀਰੇ ਦੇ ਦਰਸ਼ਨ ਨਾ ਕਰ ਸਕੀ। ਤੁਸੀਂ ਦੱਸੋਗੇ ਉਹ ਕਿੱਥੋਂ ਦੀ ਗਏ? ਇਸੇ ਪੀਹੇ ਵਿੱਚੋਂ। ਬੇਬੇ ਮੇਰੀ ਉਡੀਕ ਕਰੀ, ਮੈਂ ਹੁਣੇ ਆਈ। ਤੁਸੀਂ ਵੀਰੇ ਧੀਆਂ ਭੈਣਾਂ ਦੀ ਇੱਜ਼ਤ ਦੇ ਰਾਖੀ, ਸਾਡੇ ਜਿਹੇ ਮਜ਼ਲੂਮਾਂ ਦੇ ਸਾਥੀ ਤੇ ਜ਼ਾਲਮਾਂ ਨੂੰ ਸੋਧਣ ਵਾਲੇ ਮਸੀਹਾ।
انشاءاللہ وقت کی ہوا ہمارے حق میں ہے. اس تاجی فتح کی دہشت سکھوں کے ذہن میں ان کی ہار اور ہماری فتح کی سبب بن سکتی ہے. ہمارے سوئیوں کا مشورہ ہے کہ کافر بچے عورتیں اور بوڑھوں کو بچانے کی تیاری میں ہے. اس کے بعد کافر حملہ ور رخ نیتی اختیار کرے گا. اس سے پہلے کہ وہ سنبھلے آؤ اس پر ٹوٹ پڑیں. انشاءاللہ فتح ہماری ہوگی. کوچ کرو. ਸਤਾਰਾਂ ਸੌ 62 ਵਿੱਚ ਮਲੇਰਕੋਟਲੇ ਦੇ ਕੁੱਪ ਨੇੜੇ ਵੱਡਾ ਘੱਲੂਘਾਰਾ ਵਾਪਰਿਆ. ਇਸ ਵਿੱਚ 30,000 ਦੇ ਕਰੀਬ ਯੋਧੇ ਅਤੇ ਆਮ ਲੋਕ ਸ਼ਹੀਦ ਹੋਏ. ਇਸ ਲੜਾਈ ਦੌਰਾਨ ਸਰ ਜੱਸਾ ਸਿੰਘ ਜੀ ਦੀ ਛਾਤੀ 'ਤੇ 22 ਫੱਟ ਲੱਗੇ. ਫਿਰ ਵੀ ਉਹਨਾਂ ਨੇ ਲੜਾਈ ਦੀ ਸਹੀ ਨੀਤੀ ਅਪਣਾਈ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਆਓ ਚੜ ਸਿੰਘ ਜੀ, ਆਓ ਬਰਾਜੋ. ਹੋਰ ਸੁਣਾਓ, ਕੀ ਹਾਲ ਹੈ ਤੁਹਾਡਾ? ਹਾਲ ਤਾਂ ਮੈਂ ਦੱਸਦਾ ਜੀ, ਤੁਹਾਡਾ ਪੁੱਛਣਾ ਆ. ਮੈਨੂੰ ਕੀ ਹੋਇਆ, ਮੇਰਾ ਹਾਲ ਕੀ ਪੁੱਛ ਕੇ ਤੁਸੀਂ ਲੈਣਾ ਹੈ? ਤੁਸੀਂ ਸੁਣਾਓ ਆਪਣਾ ਹਾਲ. ਖਾਲਸਾ ਸਦਾ ਚੜ੍ਹਦੀ ਕਲਾ 'ਚ ਆ ਜੀ, ਉਹ ਤਾਂ ਹਮੇਸ਼ਾ ਹੀ ਹੈ. ਅਤੇ ਹੋਰ ਕੋਈ ਗੱਲਬਾਤ? ਬਸ ਮੈਂ ਤਾਂ ਤੁਹਾਡੇ ਫੱਟ ਦਾ ਹਾਲ ਚਾਲ ਪੁੱਛਣਾ ਹੈ ਜੀ. 22 ਫੱਟ ਲੱਗੇ ਸੀ ਪੂਰੇ ਤੁਹਾਨੂੰ? 22 ਫੱਟ? ਹਾਂ, ਉਹ ਤਾਂ ਚਲੋ 22 ਫੱਟ ਲੱਗ ਗਏ ਅਤੇ ਉਹਨੂੰ ਮੱਲਮ ਵੀ ਠੀਕ ਤਰ੍ਹਾਂ ਲਾ ਦਿੱਤੀ ਅਤੇ ਕੁਛ ਆਰਾਮ ਵੀ ਆ ਗਿਆ ਅਤੇ ਫਿਰ ਲੜਨ ਨੂੰ ਤਿਆਰ ਆ. ਦੱਸੋ ਕਿੱਥੇ ਜਾਣਾ ਹੈ? ਜੱਸਾ ਸਿੰਘ ਜੀ, ਵੈਸੇ ਤੁਸੀਂ ਉਦੋਂ ਬੜਾ ਚੰਗਾ ਕੀਤਾ, ਜੰਗ ਦੇ ਮੈਦਾਨ ਤੋਂ ਜਿਹੜਾ ਕੱਢ ਲਿਆਏ ਨਾ. ਉਹ ਤਾਂ ਆਪਣੀ ਯੁੱਧ ਨੀਤੀ ਹੈ. ਸਾਨੂੰ ਗੁਰੂ ਸਾਹਿਬ ਨੇ ਇਹੀ ਤਾਂ ਸਿਖਾਇਆ ਕਿ ਜੇ ਜ਼ਾਲਮ ਬੜਾ ਭਾਰੀ ਆ ਤਾਂ ਉਹ ਤੋਂ ਬਚਾਅ ਕਰੋ, ਜੇ ਜ਼ਾਲਮ ਸਾਡੇ 'ਤੇ ਡਰ ਰਿਹਾ ਤਾਂ ਉਹਨੂੰ ਹੋਰ ਡਰਾਓ. ਇਹ ਤਾਂ ਬਹੁਤ ਵਧੀਆ ਜਿਹੜੀ ਹੈ ਯੁੱਧ ਨੀਤੀ ਸਾਨੂੰ ਸਿਖਾਈ ਹੈ ਅਤੇ ਸਾਡਾ ਇਤਿਹਾਸ ਹੀ ਜਿਹੜਾ ਹੈ ਉਹ ਸਿੱਖਣ ਵਾਲਾ ਹੈ. ਆਪਾਂ ਦੁਬਾਰਾ ਤਜਰਬੇ ਨਹੀਂ ਕਰਨੇ ਹੈ ਅਤੇ ਉਹਨਾਂ ਤਜਰਬਿਆਂ ਨੂੰ ਸਿੱਖ ਕੇ ਅਤੇ ਲੜਾਈ ਦੇ ਮੈਦਾਨ 'ਚ ਫਤਿਹ ਹਾਸਲ ਕਰਨੀ ਹੈ. ਸਹੀ ਗੱਲ ਹੈ ਜੀ, ਉਦੋਂ ਸ਼ਹੀਦੀਆਂ ਪਾ ਜਾਂਦੇ ਅਤੇ ਆਹ ਹੁਣ ਜਿਹੜਾ ਕਰ ਵਿਹਾਰ ਅੱਗੇ ਵਾਲਾ ਇਹ ਕਿਹਨੇ ਕਰਨਾ ਸੀਗਾ? ਫਿਰ ਕਿਹਨਾਂ ਹਾਲ ਪੁੱਛਣਾ ਸੀ? ਸਹੀ ਗੱਲ, ਤੁਸੀਂ ਮੇਰਾ ਨਾ ਮੈਂ ਤੁਹਾਡਾ ਹੈ ਅਤੇ ਹੁਣ ਅਸੀਂ ਇਸ ਲਈ ਬਚਾਓ ਕਰ ਗਏ ਹੈ, ਜ਼ਿੰਦਾ ਰਹਿ ਗਏ ਹੈ ਅਤੇ ਅਸੀਂ ਕੁਛ ਅੱਗੇ ਚੱਲ ਕੇ ਇਹ ਜਿਹੜਾ ਸਰੀਰ ਹੈ ਉਹ ਪੰਥ ਦੇ ਲੇਖੇ ਲਾ ਦੇਣਾ. ਬਿਲਕੁਲ ਜੀ ਬਿਲਕੁਲ, ਪੰਥ ਦੇ ਲੇਖੇ ਲਾਉਣ ਵਾਸਤੇ ਪਰਮੇਸ਼ਰ ਨੇ ਇੱਥੇ ਸਾਨੂੰ ਘੱਲਿਆ ਜੀ. ਹਾਂ ਬਿਲਕੁਲ, ਖਾਲਸਾ ਤਾਂ ਹੈ ਹੀ ਪੰਥ ਲਈ. ਹਾਂਜੀ ਹਾਂਜੀ, ਠੀਕ ਸਤਿਵਚਨ ਜੀ. ਹੋਰ ਕੋਈ ਸੇਵਾ ਦੱਸੋ ਜੀ. ਬਸ ਜੀ, ਜਾਂਦਾ ਜਾਂਦਾ ਮੈਂ ਕਿਹਾ ਫਤਿਹ ਬੁਲਾ ਚੱਲਾਂ. 1764 ਵਿੱਚ ਜੱਸਾ ਸਿੰਘ ਜੀ ਦੀ ਅਗਵਾਈ ਵਿੱਚ ਸਰਹੰਦ 'ਤੇ ਹਮਲਾ ਕੀਤਾ. ਇਸ ਲੜਾਈ 'ਚ ਸਰਹੰਦ ਦਾ ਸੂਬੇਦਾਰ ਚਾਲਮ ਖਾਨ ਮਾਰਿਆ ਗਿਆ. ਸਰਹੰਦ ਦੀ ਦੁਬਾਰਾ ਫਤਿਹ ਮੌਕੇ 9 ਲੱਖ ਰੁਪਇਆ ਸਰ ਜੱਸਾ ਸਿੰਘ ਜੀ ਦੇ ਹਿੱਸੇ ਆਇਆ. ਇਹ ਪੈਸਾ ਉਹਨਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮੁੜ ਉਸਾਰੀ ਭੇਜ ਦਿੱਤਾ. ਉਹਨਾਂ ਨੇ ਫਤਿਹਗੜ੍ਹ ਸਾਹਿਬ ਜੀ ਦਾ ਗੁਰਦੁਆਰਾ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਤਿਆਰ ਕਰਵਾਇਆ. 1777 ਵਿੱਚ ਕਪੂਰਥਲੇ 'ਤੇ ਚੜ੍ਹਾਈ ਕਰਕੇ ਕਬਜ਼ਾ ਕਰ ਲਿਆ ਅਤੇ ਉਸਨੂੰ ਆਪਣੀ ਰਾਜਧਾਨੀ ਬਣਾਇਆ. 11 ਮਾਰਚ 1783 ਨੂੰ ਸਰਦਾਰ ਬਘੇਲ ਸਿੰਘ ਜੀ ਦੇ ਸਹਿਯੋਗ ਨਾਲ ਲਾਲ ਕਿਲੇ 'ਤੇ ਕੇਸਰੀ ਨਿਸ਼ਾਨ ਲੜਾਇਆ ਅਤੇ ਸਰਦਾਰ ਜੱਸਾ ਸਿੰਘ ਜੀ ਸਿੰਘਾਸਨ ਉੱਤੇ ਬੈਠੇ. ਆਪ 20 ਅਕਤੂਬਰ 1783 ਨੂੰ ਅਕਾਲ ਚਲਾਣਾ ਕਰ ਗਏ. ਉਹਨਾਂ ਦਾ ਅੰਤਿਮ ਸੰਸਕਾਰ ਬਾਬਾ ਅਟਲ ਵਿਖੇ ਕੀਤਾ ਗਿਆ. ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਲਈ ਘੋਰ ਅੱਤਿਆਚਾਰ ਦਾ ਸਮਾਂ ਸੀ. ਸਿੱਖ ਨਗਰਾਂ ਨੂੰ ਛੱਡ ਕੇ ਜੰਗਲਾਂ ਅਤੇ ਮਾਰੂ ਥਲਾਂ ਵਿੱਚ ਰਹਿਣ ਲਈ ਮਜਬੂਰ ਹੋ ਗਏ. ਇਸ ਸਮੇਂ ਵਿੱਚ ਸਿੱਖ ਸਿੰਘਣੀਆਂ ਨੇ ਸੀਸ ਦਿੱਤੇ, ਬੰਦ ਕਟਵਾਏ, ਆਰਿਆਂ ਨਾਲ ਚੀਰੇ ਗਏ, ਤਿਲਖੜੀ ਉੱਪਰ ਚੜ੍ਹਾਏ ਗਏ ਅਤੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਿਆ. ਇਸ ਘੋਰ ਸਮੇਂ ਵਿੱਚ ਸਰ ਜੱਸਾ ਸਿੰਘ ਆਹਲੂਵਾਲੀਆ ਸਭ ਤੋਂ ਮਹਾਨ ਨਾਇਕ ਹੋ ਕੇ ਉੱਭਰੇ. ਆਪ ਜੀ ਨੇ ਬਹਾਦਰੀ, ਨਿਡਰਤਾ, ਅਡੋਲਤਾ ਅਤੇ ਸਿਦਕ ਦਾ ਇਤਿਹਾਸ ਰਚਿਆ. ਆਪ ਜੀ ਨੇ ਆਪਣੇ ਆਪ ਨੂੰ ਖੱਬੀ ਖਾ ਖਵਾਉਣ ਵਾਲੇ ਨਾਦਰ ਸ਼ਾਹ, ਮੀਰ ਮਨੂ, ਜਕਰੀਆ ਖਾਨ
ਅਦੀਨਾ ਬੇਗ ਸਲਾਵਥਾਂ ਵਰਗਿਆਂ ਦੇ ਦੰਦ ਖੱਟੇ ਕੀਤੇ। ਉਸ ਸਮੇਂ ਏਸ਼ੀਆ ਦਾ ਸਭ ਤੋਂ ਵੱਡਾ ਧਾੜਵੀ ਅਤੇ ਨਾਪਾਕ ਲੁਟੇਰਾ ਅਹਿਮਦ ਸ਼ਾਹ ਅਬਦਾਲੀ ਸੀ, ਜਿਸ ਨੇ ਭਾਰਤ ਉੱਤੇ 10 ਹਮਲੇ ਕੀਤੇ, ਦਿੱਲੀ ਹਰਾਇਆ, ਮਰਾਠਾ ਸ਼ਕਤੀ ਦਾ ਵਿਨਾਸ਼ ਕੀਤਾ। ਕੌਮ ਦੇ ਸ਼ੇਰ ਸਰ ਜੱਸਾ ਸਿੰਘ ਆਹਲੂਵਾਲੀਆ ਨੇ ਇਸ ਦੁਰੰਦੇ ਨੂੰ ਭਜਨਾ ਪਾਈਆਂ। ਆਪ ਜੀ ਨੇ 40 ਸਾਲ ਕੌਮ ਦੀ ਨਿੱਜ ਤੋਂ ਉੱਪਰ ਕੇ ਸੇਵਾ ਕੀਤੀ ਅਤੇ ਵਿਖੜੇ ਸਮੇਂ ਵਿੱਚ ਕੌਮ ਦੀ ਅਗਵਾਈ ਕੀਤੀ। ਆਪ ਜੀ ਦੀ ਤਲਵਾਰ ਨੇ ਦਿੱਲੀ ਝੁਕਾਈ, ਕਾਬਲ ਨਿਭਾਇਆ ਅਤੇ ਪੰਜਾਬ ਦਾ ਰਾਜ ਪੰਜਾਬ ਦੇ ਵਾਰਸਾਂ ਦੇ ਸਪੁਰਦ ਕੀਤਾ। ਸਿੱਖ ਮਿਸਲਾਂ ਨੇ ਉੱਤਰ ਵਿੱਚ ਕਾਂਗੜਾ, ਦੱਖਣ ਵਿੱਚ ਮੁਲਤਾਨ, ਪੂਰਬ ਵਿੱਚ ਸਹਾਰਨਪੁਰ, ਪੱਛਮ ਵਿੱਚ ਅਟਕ ਤੱਕ ਹਕੂਮਤ ਕੀਤੀ। ਆਪ ਜੀ ਨੂੰ ਸਮੁੱਚੀ ਕੌਮ ਨੇ ਪਿਆਰ ਦਿੱਤਾ, ਉਸ ਵੇਲੇ ਪੰਥਕ ਨਾਇਕ ਵੱਲੋਂ ਸਤਿਕਾਰਿਆ ਗਿਆ, ਪਰੰਤੂ ਅੱਜ ਦੀ ਲੀਡਰਸ਼ਿਪ ਨੇ ਉਹਨਾਂ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ। ਹੁਣ ਤੁਸੀਂ ਇਹ ਦੱਸੋ ਕਿ ਨਵਾਬ ਜੱਸਾ ਸਿੰਘ ਜੀ ਦੀ ਜੀਵਨ ਗਾਥਾ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ? ਹਾਂ, ਤੁਸੀਂ ਦੱਸੋ। ਸਾਨੂੰ ਹਮੇਸ਼ਾ ਸੱਚ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤਰ੍ਹਾਂ ਵਧੀਆ ਇਨਸਾਨ ਬਣਨਾ ਚਾਹੀਦਾ। ਹਾਂ, ਤੁਸੀਂ ਦੱਸੋ। ਸਾਨੂੰ ਹਮੇਸ਼ਾ ਜ਼ੁਲਮ ਦੇ ਖਿਲਾਫ਼ ਲੜਨਾ ਚਾਹੀਦਾ ਹੈ। ਹਾਂਜੀ, ਤੁਸੀਂ ਦੱਸੋ। ਸਾਨੂੰ ਬਹਾਦਰ ਬਣਨਾ ਚਾਹੀਦਾ ਹੈ ਤਾਂ ਕਿ ਧਰਤੀ 'ਤੇ ਹਰ ਜ਼ੁਲਮ ਅਤੇ ਧੱਕੇਸ਼ਾਹੀ ਨੂੰ ਸੋਧਿਆ ਜਾ ਸਕੇ। ਹਾਂ, ਹੋਰ ਕੋਈ? ਮਾਸਟਰ ਜੀ, ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਸਿਰਫ ਕੌਮ ਦੇ ਸੁਲਤਾਨ ਹੀ ਨਹੀਂ ਸਨ, ਬਲਕਿ ਉਹਨਾਂ ਨੂੰ ਤਾਂ ਮਿਸਾਲ-ਏ-ਜਹਾਨ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਖਿਤਾਬ ਵੀ ਮਿਲਣਾ ਚਾਹੀਦਾ ਹੈ। ਹਾਂ, ਸ਼ਾਬਾਸ਼।